ਦੁਸ਼ਮਣ ਦੇਸ਼ ਭਿੜਦੇ ਆ ਜਾਂ ਦੁਸ਼ਮਣ ਦੀਆਂ ਫੌਜਾਂ ਹੋਣ, ਉਦੋਂ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਵਾ, ਉਦੋਂ ਪੱਕੀਆਂ ਰਫਲਾਂ ਦੇ ਫਾਇਰ ਕੀਤੇ ਜਾਂਦੇ ਆ। ਪਰ ਸਰਕਾਰ ਨੇ ਕੱਲ੍ਹ ਜਿਹੜਾ ਉੱਥੇ ਮੁੰਡਾ ਸ਼ਹੀਦ ਹੋਇਆ ਉਹਦੇ ਗਿੱਚੀ 'ਚ ਗੋਲੀ ਵੱਜੀ ਆ, ਬਿਲਕੁਲ ਪੂਰਾ ਦੁਸ਼ਮਣਾਂ ਵਾਂਗੂ ਕਿਸਾਨਾਂ ਨੂੰ ਲਿਆ। ਸਾਡੇ ਟਰੈਕਟਰ ਤੋੜੇ ਗਏ, ਗੱਡੀਆਂ ਤੋੜੀਆਂ ਗਈਆਂ, ਟਰੈਕਟਰ ਦੀਆਂ ਟੈਂਚੀਆਂ ਦੇ ਵਿੱਚ ਕੈਮੀਕਲ ਪਾਏ ਗਏ, ਉਹਨਾਂ ਦਾ ਸਾਰਾ ਜਿਹੜਾ ਤੇਲ ਆ ਉਹ ਡੋਲਿਆ ਗਿਆ। ਸੋ ਦੋ ਦਿਨ ਵਾਸਤੇ ਅਸੀਂ ਮੋਰਚਾ ਇੱਥੇ ਹੀ ਸਟੇ ਕੀਤਾ ਹੋਇਆ ਵਾ, ਇਹ ਕੋਈ ਅਗਲੀ ਕਾਲ ਦੋ ਦਿਨਾਂ ਦੇ ਬਾਅਦ ਹੀ ਦਿੱਤੀ ਜਾਊਗੀ। ਹਾਂਜੀ ਹਾਂ ਦੋਸਤੋ, ਮੈਂ ਬਲਦੇਵ ਸਿੰਘ ਜੀਰਾ, ਸੂਬਾ ਪ੍ਰਧਾਨ ਭਾਰਤੀ ਕਿਸਾਨ ਕ੍ਰਾਂਤੀਕਾਰੀ। ਮੇਰੇ ਨਾਲ ਸਾਡੇ ਯੂਪੀ ਤੋਂ ਸੀਨੀਅਰ ਸਾਥੀ ਆ ਗੁਰਮਨੀਤ ਸਿੰਘ ਮਾਂਗਟ, ਇੱਧਰ ਮੇਰੇ ਬਲਵੰਤ ਸਿੰਘ ਜੀ ਬ੍ਰਹਿਮਕੇ, BKU ਬ੍ਰਹਿਮਕੇ ਦੇ ਆਗੂ ਆ। ਸੋ ਅੱਜ ਅਸੀਂ ਬਹੁਤ ਗਮਗੀਨ ਮਾਹੌਲ ਦੇ ਵਿੱਚ ਹੀ ਇਹ PC ਕਰ ਰਹੇ ਹਾਂ। ਜਿਹੜਾ ਕੱਲ੍ਹ ਦਾ ਘਟਨਾਕ੍ਰਮ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ। ਪਹਿਲਾਂ ਤਾਂ ਅੱਜ ਜਿਹੜੀਆਂ ਸਾਡੀਆਂ ਅੱਡੋ ਅੱਡੀ ਫੋਰਮਾਂ ਦੀਆਂ ਮੀਟਿੰਗਾਂ ਹੋਈਆਂ ਵਾ, ਉਹਦੇ ਵਿੱਚ ਅਸੀਂ ਜਿਹੜੇ ਕੱਲ੍ਹ ਸਾਡੇ ਸਾਥੀ ਸ਼ਹੀਦ ਹੋਇਆ ਵਾ ਉਹਨੂੰ ਅਸੀਂ ਸ਼ਰਧਾਂਜਲੀ ਦਿੱਤੀ ਆ, ਅਤੇ ਜਿਹੜੀ ਸਾਂਝੇ ਫੋਰਮ ਦੀ ਸਾਂਝੀ ਮੀਟਿੰਗ ਹੋਊਗੀ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ। ਅਗਲੀ ਗੱਲ ਸਾਥੀਆਂ ਦਾ ਕੁਛ ਸੀਗਾ ਵੀ SKM ਗੈਰ ਰਾਜਨੀਤਿਕ, ਵੀ ਉਹ ਇੱਥੇ ਕਿਉਂ ਨਹੀਂ, ਉਹ ਵਿੱਚ ਤੁਹਾਨੂੰ ਦੱਸਦੇ ਹਾਂ ਵੀ ਉਹ ਹੁਣੇ ਹੀ ਸਾਡਾ ਫੋਰਮ ਵੀ ਅਤੇ ਉਹ ਗੈਰ ਰਾਜਨੀਤਿਕ ਫੋਰਮ, ਕਿਸਾਨ ਮਜ਼ਦੂਰ ਮੋਰਚਾ ਵੀ ਅਤੇ SKM ਗੈਰ ਰਾਜਨੀਤਿਕ, ਉਹ ਫੌਰੀ ਤੌਰ 'ਤੇ ਨਿਕਲ ਰਹੇ ਆ ਖਨੌਰੀ ਨੂੰ। ਉੱਥੇ ਵੀ ਅੱਜ ਉਹ PC ਕਰਨਗੇ ਇਕੱਠੇ ਹੋ ਕੇ, ਵੀ ਉਹ ਉੱਧਰ ਨਿਕਲ ਗਏ ਆ। ਸੋ ਤੁਹਾਡੇ ਅਸੀਂ ਇਹ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਵੀ ਅਸੀਂ ਅੱਜ ਫੈਸਲਾ ਕੀਤਾ ਵਾ ਕਿ ਅਗਲੇ ਆਉਣ ਵਾਲੇ ਦੋ ਦਿਨ, ਇੱਕ ਅੱਜ ਦਾ ਅਤੇ ਇੱਕ ਕੱਲ੍ਹ ਦਾ ਦਿਨ, ਅਸੀਂ ਇਹ ਲਾਉਣੇ ਆ ਆਪਦੇ ਜਿਹੜੇ ਸਾਡੇ ਬੰਦੇ ਜ਼ਖਮੀ ਹੋਏ ਆ ਵੱਡੀ ਗਿਣਤੀ ਵਿੱਚ, ਸਾਡੇ 78 ਬੰਦੇ ਖਨੌਰੀ ਜ਼ਖਮੀ ਹੋਏ ਆ, 11 ਸਾਡੇ ਬੰਦੇ ਇੱਥੇ ਜ਼ਖਮੀ ਹੋ ਗਏ ਆ, ਖਨੌਰੀ ਵਾਲੇ ਪਟਿਆਲੇ ਦਾਖਲ ਆ, ਇੱਥੋਂ ਵਾਲੇ ਆਪਣੇ ਰਾਜਪੁਰੇ ਦਾਖਲ ਆ, ਵੀ ਇਹ ਦੋ ਦਿਨ ਅਤੇ ਜਿਹੜਾ ਸਾਡਾ ਸ਼ਹੀਦ ਹੋਇਆ ਸਾਥੀ ਆ, ਅਸੀਂ ਇਹ ਦੋ ਦਿਨ ਉਹਨਾਂ ਦੀ ਸਾਂਭ ਸੰਭਾਲ ਕਰਨੀ ਆ, ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਵਾ, ਸ਼ਹੀਦ ਦੇ ਪਰਿਵਾਰ ਨੂੰ ਮਿਲਣਾ ਵਾ। ਸੋ ਦੋ ਦਿਨ ਵਾਸਤੇ ਅਸੀਂ ਮੋਰਚਾ ਇੱਥੇ ਹੀ ਸਟੇ ਕੀਤਾ ਹੋਇਆ ਵਾ, ਇਹ ਕੋਈ ਅਗਲੀ ਕਾਲ ਦੋ ਦਿਨਾਂ ਦੇ ਬਾਅਦ ਹੀ ਦਿੱਤੀ ਜਾਊਗੀ। ਇਸ ਤੋਂ ਬਿਨਾਂ ਸਰਕਾਰ ਨੇ ਜਿਹੜੀ ਕੱਲ੍ਹ ਕੀਤੀ ਆ ਉਹ ਤੁਸੀਂ ਸਾਰਿਆਂ ਨੇ ਦੇਖੀ ਆ। ਅਸਲ ਵਿੱਚ ਜਦੋਂ ਕੋਈ ਦੋ ਦੁਸ਼ਮਣ ਦੇਸ਼ ਭਿੜਦੇ ਆ ਜਾਂ ਦੁਸ਼ਮਣ ਦੀਆਂ ਫੌਜਾਂ ਹੋਣ, ਉਦੋਂ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਵਾ, ਉਦੋਂ ਪੱਕੀਆਂ ਰਫਲਾਂ ਦੇ ਫਾਇਰ ਕੀਤੇ ਜਾਂਦੇ ਆ। ਪਰ ਸਰਕਾਰ ਨੇ ਕੱਲ੍ਹ ਜਿਹੜਾ ਉੱਥੇ ਮੁੰਡਾ ਸ਼ਹੀਦ ਹੋਇਆ ਉਹਦੇ ਗਿੱਚੀ 'ਚ ਗੋਲੀ ਵੱਜੀ ਆ, ਬਿਲਕੁਲ ਪੂਰਾ ਦੁਸ਼ਮਣਾਂ ਵਾਂਗੂ ਕਿਸਾਨਾਂ ਨੂੰ ਲਿਆ, ਜਿਵੇਂ ਕਿਸੇ ਬਾਹਰੀ ਦੇਸ਼ ਦੇ ਹੋਣ। ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਸਾਡੇ ਟਰੈਕਟਰ ਤੋੜੇ ਗਏ, ਗੱਡੀਆਂ ਤੋੜੀਆਂ ਗਈਆਂ, ਟਰੈਕਟਰ ਦੀਆਂ ਟੈਂਚੀਆਂ ਦੇ ਵਿੱਚ ਕੈਮੀਕਲ ਪਾਏ ਗਏ, ਉਹਨਾਂ ਦਾ ਸਾਰਾ ਜਿਹੜਾ ਤੇਲ ਆ ਉਹ ਡੋਲਿਆ ਗਿਆ। ਸੋ ਸਰਕਾਰ ਨੇ ਬਹੁਤ ਹੀ ਬਰਬਰਤਾਪੂਰਨ ਕਾਰਵਾਈ ਜਿਹੜੀ ਆ ਇਹ ਕੱਲ੍ਹ ਕੀਤੀ ਆ, ਅਤੇ ਪੂਰੇ ਦੇਸ਼ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਆ। ਦੁਸ਼ਮਣ ਦੇਸ਼ ਭਿੜਦੇ ਆ ਜਾਂ ਦੁਸ਼ਮਣ ਦੀਆਂ ਫੌਜਾਂ ਹੋਣ, ਉਦੋਂ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਵਾ, ਉਦੋਂ ਪੱਕੀਆਂ ਰਫਲਾਂ ਦੇ ਫਾਇਰ ਕੀਤੇ ਜਾਂਦੇ ਆ। ਪਰ ਸਰਕਾਰ ਨੇ ਕੱਲ੍ਹ ਜਿਹੜਾ ਉੱਥੇ ਮੁੰਡਾ ਸ਼ਹੀਦ ਹੋਇਆ ਉਹਦੇ ਗਿੱਚੀ 'ਚ ਗੋਲੀ ਵੱਜੀ ਆ, ਬਿਲਕੁਲ ਪੂਰਾ ਦੁਸ਼ਮਣਾਂ ਵਾਂਗੂ ਕਿਸਾਨਾਂ ਨੂੰ ਲਿਆ। ਸਾਡੇ ਟਰੈਕਟਰ ਤੋੜੇ ਗਏ, ਗੱਡੀਆਂ ਤੋੜੀਆਂ ਗਈਆਂ, ਟਰੈਕਟਰ ਦੀਆਂ ਟੈਂਚੀਆਂ ਦੇ ਵਿੱਚ ਕੈਮੀਕਲ ਪਾਏ ਗਏ, ਉਹਨਾਂ ਦਾ ਸਾਰਾ ਜਿਹੜਾ ਤੇਲ ਆ ਉਹ ਡੋਲਿਆ ਗਿਆ। ਸੋ ਦੋ ਦਿਨ ਵਾਸਤੇ ਅਸੀਂ ਮੋਰਚਾ ਇੱਥੇ ਹੀ ਸਟੇ ਕੀਤਾ ਹੋਇਆ ਵਾ, ਇਹ ਕੋਈ ਅਗਲੀ ਕਾਲ ਦੋ ਦਿਨਾਂ ਦੇ ਬਾਅਦ ਹੀ ਦਿੱਤੀ ਜਾਊਗੀ। ਹਾਂਜੀ ਹਾਂ ਦੋਸਤੋ, ਮੈਂ ਬਲਦੇਵ ਸਿੰਘ ਜੀਰਾ, ਸੂਬਾ ਪ੍ਰਧਾਨ ਭਾਰਤੀ ਕਿਸਾਨ ਕ੍ਰਾਂਤੀਕਾਰੀ। ਮੇਰੇ ਨਾਲ ਸਾਡੇ ਯੂਪੀ ਤੋਂ ਸੀਨੀਅਰ ਸਾਥੀ ਆ ਗੁਰਮਨੀਤ ਸਿੰਘ ਮਾਂਗਟ, ਇੱਧਰ ਮੇਰੇ ਬਲਵੰਤ ਸਿੰਘ ਜੀ ਬ੍ਰਹਿਮਕੇ, BKU ਬ੍ਰਹਿਮਕੇ ਦੇ ਆਗੂ ਆ। ਸੋ ਅੱਜ ਅਸੀਂ ਬਹੁਤ ਗਮਗੀਨ ਮਾਹੌਲ ਦੇ ਵਿੱਚ ਹੀ ਇਹ PC ਕਰ ਰਹੇ ਹਾਂ। ਜਿਹੜਾ ਕੱਲ੍ਹ ਦਾ ਘਟਨਾਕ੍ਰਮ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ। ਪਹਿਲਾਂ ਤਾਂ ਅੱਜ ਜਿਹੜੀਆਂ ਸਾਡੀਆਂ ਅੱਡੋ ਅੱਡੀ ਫੋਰਮਾਂ ਦੀਆਂ ਮੀਟਿੰਗਾਂ ਹੋਈਆਂ ਵਾ, ਉਹਦੇ ਵਿੱਚ ਅਸੀਂ ਜਿਹੜੇ ਕੱਲ੍ਹ ਸਾਡੇ ਸਾਥੀ ਸ਼ਹੀਦ ਹੋਇਆ ਵਾ
ਉਹਨੂੰ ਅਸੀਂ ਸ਼ਰਧਾਂਜਲੀ ਦਿੱਤੀ ਆ ਅਤੇ ਜਿਹੜੀ ਸਾਂਝੇ ਫੋਰਮ ਦੀ ਸਾਂਝੀ ਮੀਟਿੰਗ ਹੋਊਗੀ ਉਹਦੇ ਵਿੱਚ ਵੀ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ। ਅਗਲੀ ਗੱਲ ਸਾਥੀਆਂ ਦਾ ਕੁਛ ਸੀਗਾ ਵੀ ਐਸ ਕੇ ਐਮ ਗੈਰ ਰਾਜਨੀਤਿਕ ਵੀ ਉਹ ਇੱਥੇ ਕਿਉਂ ਨਹੀਂ, ਉਹ ਵਿੱਚ ਤੁਹਾਨੂੰ ਦੱਸਦੇ ਹਾਂ ਵੀ ਉਹ ਹੁਣੇ ਹੀ ਸਾਡਾ ਫੋਰਮ ਵੀ ਅਤੇ ਉਹ ਗੈਰ ਰਾਜਨੀਤਿਕ ਫੋਰਮ ਕਿਸਾਨ ਮਜ਼ਦੂਰ ਮੋਰਚਾ ਵੀ ਅਤੇ ਐਸ ਕੇ ਐਮ ਗੈਰ ਰਾਜਨੀਤਿਕ ਉਹ ਫੌਰੀ ਤੌਰ 'ਤੇ ਨਿਕਲ ਰਹੇ ਆ ਖਨੌਰੀ ਨੂੰ, ਉੱਥੇ ਵੀ ਅੱਜ ਉਹ ਪੀ ਸੀ ਕਰਨਗੇ ਇਕੱਠੀ ਹੋ ਕੇ ਵੀ ਉਹ ਉੱਧਰ ਨਿਕਲ ਗਏ ਆ। ਸੋ ਤੁਹਾਡੇ ਅਸੀਂ ਇਹ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਵੀ ਅਸੀਂ ਅੱਜ ਫੈਸਲਾ ਕੀਤਾ ਵਾ ਕਿ ਅਗਲੇ ਆਉਣ ਵਾਲੇ ਦੋ ਦਿਨ, ਇੱਕ ਅੱਜ ਦਾ ਅਤੇ ਇੱਕ ਕੱਲ੍ਹ ਦਾ ਦਿਨ, ਅਸੀਂ ਇਹ ਲਾਉਣੇ ਆ ਆਪਦੇ ਜਿਹੜੇ ਸਾਡੇ ਬੰਦੇ ਜ਼ਖਮੀ ਹੋਏ ਆ ਵੱਡੀ ਗਿਣਤੀ ਵਿੱਚ, ਸਾਡੇ 78 ਬੰਦੇ ਖਨੌਰੀ ਜ਼ਖਮੀ ਹੋਏ ਆ, 11 ਸਾਡੇ ਬੰਦੇ ਇੱਥੇ ਜ਼ਖਮੀ ਹੋ ਗਏ ਆ, ਖਨੌਰੀ ਵਾਲੇ ਪਟਿਆਲੇ ਦਾਖਲ ਆ, ਇੱਥੋਂ ਵਾਲੇ ਆਪਣੇ ਰਾਜਪੁਰੇ ਦਾਖਲ ਆ, ਵੀ ਇਹ ਦੋ ਦਿਨ ਅਤੇ ਜਿਹੜਾ ਸਾਡਾ ਸ਼ਹੀਦ ਹੋਇਆ ਸਾਥੀ ਆ, ਅਸੀਂ ਇਹ ਦੋ ਦਿਨ ਉਹਨਾਂ ਦੀ ਸਾਂਭ ਸੰਭਾਲ ਕਰਨੀ ਆ, ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਵਾ, ਸ਼ਹੀਦ ਦੇ ਪਰਿਵਾਰ ਨੂੰ ਮਿਲਣਾ ਵਾ। ਸੋ ਦੋ ਦਿਨ ਵਾਸਤੇ ਅਸੀਂ ਮੋਰਚਾ ਇੱਥੇ ਹੀ ਸਟੇਅ ਕੀਤਾ ਹੋਇਆ ਵਾ, ਇਹ ਕੋਈ ਅਗਲੀ ਕਾਲ ਦੋ ਦਿਨਾਂ ਦੇ ਬਾਅਦ ਹੀ ਦਿੱਤੀ ਜਾਊਗੀ। ਇਸ ਤੋਂ ਬਿਨਾਂ ਸਰਕਾਰ ਨੇ ਜਿਹੜੀ ਕੱਲ੍ਹ ਕੀਤੀ ਆ ਉਹ ਤੁਸੀਂ ਸਾਰਿਆਂ ਨੇ ਦੇਖੀ ਆ। ਅਸਲ ਵਿੱਚ ਜਦੋਂ ਕੋਈ ਦੋ ਦੁਸ਼ਮਣ ਦੇਸ਼ ਭਿੜਦੇ ਆ ਜਾਂ ਦੁਸ਼ਮਣ ਦੀਆਂ ਫੌਜਾਂ ਹੋਣ, ਉਦੋਂ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਵਾ, ਉਦੋਂ ਪੱਕੀਆਂ ਰਫਲਾਂ ਦੇ ਫਾਇਰ ਕੀਤੇ ਜਾਂਦੇ ਆ। ਪਰ ਸਰਕਾਰ ਨੇ ਕੱਲ੍ਹ ਜਿਹੜਾ ਉੱਥੇ ਮੁੰਡਾ ਸ਼ਹੀਦ ਹੋਇਆ ਉਹਦੇ ਗਿੱਚੀ 'ਚ ਗੋਲੀ ਵੱਜੀ ਆ, ਬਿਲਕੁਲ ਪੂਰਾ ਦੁਸ਼ਮਣਾਂ ਵਾਂਗੂ ਕਿਸਾਨਾਂ ਨੂੰ ਲਿਆ, ਜਿਵੇਂ ਕਿਸੇ ਬਾਹਰੀ ਦੇਸ਼ ਦੇ ਹੋਣ, ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਸਾਡੇ ਟਰੈਕਟਰ ਤੋੜੇ ਗਏ, ਗੱਡੀਆਂ ਤੋੜੀਆਂ ਗਈਆਂ, ਟਰੈਕਟਰਾਂ ਦੀਆਂ ਟੈਂਚੀਆਂ ਦੇ ਵਿੱਚ ਕੈਮੀਕਲ ਪਾਏ ਗਏ, ਉਹਨਾਂ ਦਾ ਸਾਰਾ ਜਿਹੜਾ ਤੇਲ ਆ ਉਹ ਡੋਲਿਆ ਗਿਆ। ਸੋ ਸਰਕਾਰ ਨੇ ਬਹੁਤ ਹੀ ਬਰਬਰਤਾਪੂਰਨ ਕਾਰਵਾਈ ਜਿਹੜੀ ਆ ਇਹ ਕੱਲ੍ਹ ਕੀਤੀ ਆ, ਅਤੇ ਪੂਰੇ ਦੇਸ਼ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਆ।